ते कविता नामुकम्मल है, अधूरी है नजम मेरी ते कविता नामुकम्मल है, मनुखी दर्द जाता केस विच शामिल नहीं होंदा। जी पैंथर हुणा ने हुणे अपनी नजम कुछ सत्रां तुहाडे नाल सांझियां कीतियां ने ते अपना दुख दर्द बयान किया है। असली साहित उही है जिहदे विच किसे ना किसे ढंग नाल दर्द बयान किया होवे, चाहे वह वातावरण का होवे, चाहे वह किसी इंसानी रिश्ते का होवे, गुआंढियां का होवे, किसी का भी होवे। तो इसे तरह जो ये मुशायरा चल रहा है साडी पवित्र वेई ते, तो उसका असीं सारे शायरां का शुक्रिया अदा करते हाँ। सो इसे मैं उपदेश खिंडा बड़े माण नाल सतिकार नाल प्यार नाल कहनी हां सपुत्री सरदार हरभजन सिंह जी पंछी। सो मैं उपदेश खिंडा महफिल भी शिरकत फरमा मानयोग पद्म श्री संत बलबीर सिंह जी सिचेवाल, तमाम मुअज्जज हाजरा, प्रोफेसर रौजला जी जो कि मेरे अपने प्रोफेसर भी रहे ने NJSC गवर्नमेंट कॉलेज दे विच, और हमेशा साहित्य सभावां दे थ्रू उन्हां नाल मिलन दा मौका मिलदा है, कुछ सुनन दा कुछ सीखण दा मौका मिलदा है। रोशन खेड़ा जी, इन्हां दे बारे में गल कहांगी कि कुछ महीने पहला ही साडी एक NAC दी टीम आई सी NJSC गवर्नमेंट कॉलेज ल्यूमिनाए मीट सीगे, ते सर भी उसे कॉलेज दे ल्यूमिनाए ने, ते मैं भी उदे इन्हां ने मैनूं बड़े प्यार नाल कहा सी कि तू ते पंछी साहिब दी बेटी है, साडी अपनी बेटी आ, ते सोचिया नहीं सी कि अज ही ਇੱਥੇ ਸਾਨੂੰ ਵੀ ਅਵਾਰਡ ਮਿਲੇਗਾ ਤੇ ਬਹੁਤ ਹੀ ਛੇਤੀ ਮਿਲਾਂਗੇ। ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਰ ਇਸ ਪਵਿੱਤਰ ਸ਼ਹਿਰ ਦੇ ਵਿੱਚ, ਪਵਿੱਤਰ ਏਰੀਆ ਦੇ ਵਿੱਚ। ਨਾਲ ਬੈਠੇ ਨੇ ਕਵਰ ਇਕਬਾਲ ਜੀ ਜੋ ਕਿ ਬਹੁਤ ਵਧੀਆ ਲਿਖਦੇ ਵੀ ਨੇ, ਗਾਉਂਦੇ ਵੀ ਨੇ, ਔਰ ਸਾਨੂੰ ਪਤਾ ਇਹਨਾਂ ਦੇ ਬਾਰੇ ਹਰ ਵੇਲੇ ਜੇ ਅਸੀਂ ਸਿਜਣਾ ਕੇਂਦਰ ਦੀ ਗੱਲ ਕਰੀਏ, ਅਕਸਰ ਮੈਂ ਇਹਨਾਂ ਦੇ ਫੇਸਬੁੱਕ ਪੇਜ ਤੇ ਇਹਨਾਂ ਨੂੰ ਫੋਲੋ ਕਰਦੀ ਰਹਿੰਦੀ ਹਾਂ, ਆਪ ਸਭ ਦੀਆਂ ਕਵਿਤਾਵਾਂ ਜੋ ਸਾਡਾ ਗਰੁੱਪ ਬਣਿਆ ਹੋਇਆ ਉਹਦੇ ਜ਼ਰੀਏ ਤੁਹਾਡੀਆਂ ਪੜ੍ਹਦੇ ਰਹਿੰਦੇ ਹਾਂ। ਨਾਲ ਬੈਠੇ ਨੇ ਡਾਕਟਰ ਰੰਧਾਵਾ ਜੀ ਜੋ ਕਿ ਪ੍ਰਿੰਸੀਪਲ ਨੇ ਸਾਡੀ ਵਕਾਰੀ ਸੰਸਥਾ ਹੈ ਸੁਲਤਾਨਪੁਰ ਲੋਧੀ ਦੀ, ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਜਿਨ੍ਹਾਂ ਦੇ ਆਉਣ ਦੇ ਬਦਲੇ ਪਿਛਲੇ 8-10 ਸਾਲਾਂ ਦੇ ਵਿੱਚ ਖਾਲਸਾ ਕਾਲਜ ਉਸ ਮੁਕਾਮ ਤੇ ਪਹੁੰਚਿਆ ਹੈ ਜੇ ਅਸੀਂ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਦੀ ਗੱਲ ਕਰੀਏ, ਸਪੋਰਟਸ ਦੀ ਗੱਲ ਕਰੀਏ, ਮਿਸ ਪੰਜਾਬਣ ਦੀ ਗੱਲ ਕਰੀਏ, ਤਾਂ ਹਰ ਪਾਸੇ ਸਾਡਾ ਜੋ ਖਾਲਸਾ ਕਾਲਜ ਹੈ ਉਹ ਛਾਇਆ ਹੋਇਆ ਹੈ। ਸਰ ਤੁਸੀਂ ਇਸਦੇ ਹੱਕਦਾਰ ਹੋ, ਸਾਡਾ ਜਿਹੜਾ ਸ਼੍ਰੇਅ ਤੁਹਾਨੂੰ ਜਾਂਦਾ ਹੈ। ਸੋ ਇਸਦੇ ਨਾਲ ਹੀ ਹੋਰ ਸਾਡਾ ਪ੍ਰਧਾਨਗੀ ਮੰਡਲ ਹੈ ਸਾਹਿਤ ਸਭਾ ਦਾ, ਮੈਂ ਡਾਕਟਰ ਹਰਜੀਤ ਸਿੰਘ ਹੁਣਾਂ ਦਾ ਸਵਾਗਤ ਕਰਦੀ ਹਾਂ, ਔਰ ਸਾਡੇ ਪ੍ਰਧਾਨ ਨੇ ਸਾਹਿਤ ਸਭਾ ਦੇ ਡਾਕਟਰ ਸਵੈਨ ਸਿੰਘ, ਸੋਨੀਆ ਅੰਕਲ ਜੀ, ਔਰ ਪ੍ਰੋਫੈਸਰ ਉਪਕਾਰ ਜੀ, ਤਖਤਰ ਸਾਹਿਬ ਬੈਠੇ ਨੇ, ਚੰਦੀ ਸਾਹਿਬ ਬੈਠੇ ਨੇ, ਸੋਨੀਆ ਅੰਕਲ ਬੈਠੇ ਨੇ, ਔਰ ਇਸਦੇ ਨਾਲ ਹੀ ਮੀਡੀਆ ਦੀ ਗੱਲ ਕਰੀਏ ਜੋ ਸਾਡੇ ਕੋਲ PTC ਵਾਲੇ ਵੀ ਆਏ ਹੋਏ ਨੇ, ABP ਨਿਊਜ਼ ਚੈਨਲ ਵੀ ਸਾਡੇ ਕੋਲ ਆਇਆ, ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਕਿ ਜੋ ਮੀਡੀਆ ਕਵਰੇਜ ਹੈ ਇੰਨੀ ਇੰਟਰਨੈਸ਼ਨਲ ਲੈਵਲ ਤੇ ਸਾਡੀ ਜੋ ਕਵਰੇਜ ਹੋ ਰਹੀ ਹੈ। ਔਰ ਇਸਦੇ ਨਾਲ ਹੀ ਸਾਡੇ ਕੋਲ ਜੋਸ਼ੀ ਸਰ ਬੈਠੇ ਨੇ, ਹਮੇਸ਼ਾ ਸਾਡਾ ਸਾਥ ਦਿੰਦੇ ਨੇ, ਸੋਨੀਆ ਅੰਕਲ ਨੇ, ਲਾਡੀ ਸਾਹਿਬ ਨੇ, ਥਿੰਨ ਸਾਹਿਬ ਨੇ, ਭੋਗਲ ਸਾਹਿਬ ਨੇ, ਔਰ ਖੀਮਾ ਦੀ ਜਾਚਕ ਹਾਂ ਜੇ ਮੈਂ ਕਿਸੇ ਦਾ ਨਾਮ ਨਾ ਲਵਾਂ, ਲਖਪਤ ਸਰ ਵੀ ਸਾਹਮਣੇ ਬੈਠੇ ਨੇ, ਤੋ ਸਭ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ। ਤੇ ਮੈਂ ਇੱਕ ਚੰਦ ਲਾਈਨਾਂ ਕਹਿਣਾ ਚਾਹਾਂਗੀ ਕਿ ਮੰਜ਼ਿਲਾਂ ਔਕੜਾਂ ਕਦਮਾਂ ਦਾ ਇਮਤਿਹਾਨ, ਮੰਜ਼ਿਲਾਂ ਔਕੜਾਂ ਕਦਮਾਂ ਦਾ ਇਮਤਿਹਾਨ, ਲੱਖ ਹਨੇਰੇ ਘੇਲ ਰਹਿਣ ਰਸਤਾ, ਇਰਾਦੇ ਟੂੰਡ ਲੈਂਦੇ ਨੇ ਮੰਜ਼ਿਲ ਦਾ ਨਿਸ਼ਾਨ, ਮੁਸਾਫਿਰ ਉਹ ਜੋ ਕਦੇ ਨਹੀਂ ਥੱਕਿਆ, ਮੁਸਾਫਿਰ ਉਹ ਜੋ ਕਦੇ ਨਹੀਂ ਥੱਕਿਆ, ਮੁਸਾਫਿਰ ਉਹ ਜੋ ਕਦੇ ਨਹੀਂ ਰੁਕਿਆ, ਹਰ ਹਾਲ ਹਰ ਹੀਲੇ ਪੈਰ ਧਰਦਾ ਰਿਹਾ, ਕਾਫੀਲਾ ਚੱਲਦਾ ਰਿਹਾ, ਕਾਫੀਲਾ ਚੱਲਦਾ ਰਿਹਾ। ਦੋਸਤੋ ਇਹ ਜੋ ਸ਼ਾਇਰ ਮੈਂ ਬੋਲਿਆ ਹੈ ਜੋ ਸ਼ੇਅਰ, ਇਹ ਦੋ